ਡੇਢ ਸਾਲ ਮੰਗੂ ਜੀ। ਇਹ ਐਂ ਚੱਲਦਾ ਰੋਜ਼ ਇੱਥੇ, ਹਰ ਟਾਈਮ ਨਿਰੀਆਂ ਕੁੜੀਆਂ ਨਿਰੇ ਲਿਆਉਂਦੇ ਨੇ ਇੱਥੇ ਜੀ। ਸਾਨੂੰ ਬਹੁਤ ਔਖਾ ਹੋ ਰਿਹਾ ਜੀ ਇੱਥੇ ਖੇਤਾਂ ਵਾਲਿਆਂ ਨੂੰ ਜੀ। ਇਹ ਡੇਢ ਪੌਣੇ ਦੋ ਸਾਲ ਤੋਂ ਹੋ ਰਿਹਾ ਜੀ ਇੱਥੇ ਜੀ। ਇੱਥੇ ਵਿਗਿਆਨੀ ਕੁੜੀਆਂ ਮੁੰਡੇ ਬਹੁਤ ਆ ਰਹੇ ਨੇ, ਧੜਕੇ ਤੋਂ ਲੈ ਕੇ ਹਨੇਰੇ ਤੱਕ, ਸ਼ਾਮ ਤੱਕ ਦੋ ਆਉਂਦੇ ਨੇ ਦੋ ਜਾਂਦੇ ਨੇ। ਅਸੀਂ ਇਮਬਾਲ ਟ੍ਰੈਫਿਕ ਗੇਟ ਦਾ ਪਰਚਾ ਦਿੱਤਾ, ਜਿਹੜਾ ਬੰਦਾ ਇਹ ਇਸ ਸਿਸਟਮ ਲਈ ਆਪਣਾ ਕਿਰਾਏ ਕਿਰਾਏ 'ਤੇ ਦਿੰਦਾ ਹੋਟਲ, ਜਿਹੜੇ ਵੀ ਬੰਦਿਆਂ ਨੂੰ ਜਵਾਕਾਂ ਨੂੰ ਖਰਾਬ ਕਰਦਾ ਉਹਦੇ 'ਤੇ ਅਸੀਂ ਪਰਚਾ ਦਿੱਤਾ 3/4 ਇਮਬਾਲ ਐਕਟ ਦਾ। ਇਹ ਤਾਂ ਕੁਛ ਨਹੀਂ ਕਹਿ ਸਕਦੇ, ਹੁਣ ਉਹ ਮਹਿਕਮੇ ਹੀ ਦੱਸ ਸਕਦੇ ਵੀ ਕਿੰਨੇ ਬੰਦੇ ਅੰਦਰ ਆਏ। ਇਸ ਤਾਂ ਸੁਣਨ 'ਚ ਤਾਂ ਇਹ ਆਇਆ ਵੀ ਬਿਲਕੁਲ ਫੁੱਲ ਹਾਲ ਆ ਸਾਰੀ ਇਹ। ਇਹਦੇ 'ਚ ਅਸੀਂ ਹੁਣ ਵੈਰੀਫਾਈ ਕਰਨੇ ਨੇ ਵੀ ਕਿੰਨੇ ਮੰਗੇਤਰ ਨੇ ਅਤੇ ਕਿੰਨੇ ਦੂਜੇ ਪ੍ਰੇਮੀ ਜੁੜੇ ਜਾਂ ਦੂਜੇ ਜਿਹੜੇ ਕੋਈ ਪੈਸੇ ਲੈ ਕੇ ਕਰਨ ਵਾਲੇ ਨੇ। ਇਹ ਤਿੰਨੋਂ ਚੀਜ਼ਾਂ ਡਿਫਰੈਂਟ ਨੇ। ਇਹ ਜਿੱਦੇ ਦੀ ਬਿਲਡਿੰਗ ਸਟਾਰਟ ਹੈ ਗਈ, ਅਜੇ ਅਧੂਰੀ ਪਈ ਤੀ, ਉਦੋਂ ਹੀ ਕੰਮ ਸਟਾਰਟ ਹੋ ਗਿਆ ਸੀਗਾ ਇਹਨਾਂ ਦਾ। ਇਹਨਾਂ ਦਾ ਇੱਕ ਨਹੀਂ, ਕਈ ਥਾਵੇਂ ਦੱਸਦੇ ਨੇਗੇ ਵੀ ਜਿਹੜੇ ਇਹਨਾਂ ਦੇ ਇਹ ਖੋਲ੍ਹੇ ਹੋਏ ਨੇਗੇ। 18 ਲੜਕੇ ਨੇ ਸਾਡੇ ਕੋਲ, ਲੜਕੀਆਂ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਦੱਸਾਂਗੇ, ਉਹਦੇ ਬਾਰੇ ਅਸੀਂ ਕੁਛ ਨਹੀਂ ਹਾਲੇ ਦੱਸ ਸਕਦੇ ਵੀ ਕਿਹੜੇ। ਅਸੀਂ ਕਹਿ ਦਈਏ ਕੋਈ ਇੰਨੀਆਂ ਨੇ, ਤੁਸੀਂ ਕੱਲ੍ਹ ਨੂੰ ਲਾ ਦਿਓ ਤਾਂ ਮੁੜ ਕੇ ਹੋਇਆ ਜਾਵੇ ਲੜਕੇ। ਡੇਢ ਸਾਲ ਮੰਗੂ ਜੀ। ਇਹ ਐਂ ਚੱਲਦਾ ਰੋਜ਼ ਇੱਥੇ, ਹਰ ਟਾਈਮ ਨਿਰੀਆਂ ਕੁੜੀਆਂ ਨਿਰੇ ਲਿਆਉਂਦੇ ਨੇ ਇੱਥੇ ਜੀ। ਸਾਨੂੰ ਬਹੁਤ ਔਖਾ ਹੋ ਰਿਹਾ ਜੀ ਇੱਥੇ ਖੇਤਾਂ ਵਾਲਿਆਂ ਨੂੰ ਜੀ। ਅੱਜ ਜਿਹੜੀ ਇਹ ਪੁਲਿਸ ਦੀ ਰੇਡ ਪਈ ਹੈ, ਕੀ ਲੱਗਦਾ ਤੁਹਾਨੂੰ? ਇਹ ਬਹੁਤ ਅੱਛਾ ਜੀ ਲੱਗਦਾ, ਕੋਈ ਕਾਰਵਾਈ ਹੋਊਗੀ ਹੋਵੇ ਜੀ, ਹੋਵੇ ਤਾਂ ਕਹਿੰਦਾ ਇਹਨਾਂ 'ਤੇ ਜੀ। ਲਕਸ਼ਮਣ ਸਿੰਘ ਜੀ, ਜਿਹੜਾ ਇੱਥੇ ਹੋ ਰਿਹਾ ਹੋਟਲ ਦੇ ਵਿੱਚ, ਕਿੰਨੇ ਕੁ ਸਮੇਂ ਤੋਂ ਹੋ ਰਿਹਾ, ਕੀ ਕੁਛ ਹੋ ਰਿਹਾ ਹੁੰਦਾ? ਇਹ ਡੇਢ ਪੌਣੇ ਦੋ ਸਾਲ ਤੋਂ ਹੋ ਰਿਹਾ ਜੀ ਇੱਥੇ ਜੀ। ਇੱਥੇ ਵਿਗਿਆਨੀ ਕੁੜੀਆਂ ਮੁੰਡੇ ਬਹੁਤ ਆ ਰਹੇ ਨੇ, ਧੜਕੇ ਤੋਂ ਲੈ ਕੇ ਹਨੇਰੇ ਤੱਕ, ਸ਼ਾਮ ਤੱਕ ਦੋ ਆਉਂਦੇ ਨੇ ਦੋ ਜਾਂਦੇ ਨੇ, ਇੱਥੇ ਕੋਈ ਪਤਾ ਨਹੀਂ ਲੱਗਦਾ। ਆਉਣ ਜਾਣ ਵਾਲੇ ਨੂੰ ਬਹੁਤ ਦਿੱਕਤ ਹੈ ਇਸ ਕੰਮ ਦੀ, ਹਰੇਕ ਪੁਲਿਸ ਨੂੰ ਕਿਹੜੇ ਚੀਜ਼ ਦਾ ਪਤਾ ਨਹੀਂ ਹੈ। ਤੁਸੀਂ ਕੀ ਮੰਗ ਕਰਦੇ ਹੋ ਜੀ? ਅਸੀਂ ਤਾਂ ਮੰਗ ਇਹ ਕਰਦੇ ਵੀ ਇਹ ਬਿਲਕੁਲ ਹੀ ਬੰਦ ਹੋਣਾ ਚਾਹੀਦਾ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹੋ ਜਿਹੇ ਬੰਦੇ ਨੂੰ ਬਿਲਕੁਲ ਹੀ। ਨਹੀਂ ਅਸੀਂ ਤਾਂ ਦੇਖੋ ਪਿੰਡ ਵੱਲੋਂ ਸਾਰੇ ਬੰਦੇ ਪਿੰਡ ਦੇ ਵੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਕੇ ਲਿਆਵਾਂਗੇ, ਇੱਥੇ ਲਿਆਵਾਂਗੇ ਵੀ ਬਿਲਕੁਲ ਬੰਦ ਹੋਣਾ ਚਾਹੀਦਾ ਇਹੋ ਜਿਹੇ ਗੰਦੇ ਕੰਮ। ਕੀ ਲੱਗਦਾ ਵੀ ਕਿੰਨੇ ਕੁ ਮੁੰਡੇ ਕੁੜੀ ਅੰਦਰ ਹੋਣੇ? ਇਹ ਤਾਂ ਕੁਛ ਨਹੀਂ ਕਹਿ ਸਕਦੇ, ਹੁਣ ਉਹ ਮਹਿਕਮੇ ਦੱਸ ਸਕਦੇ ਵੀ ਕਿੰਨੇ ਬੰਦੇ ਅੰਦਰ ਆਏ। ਇਸ ਤਾਂ ਸੁਣਨ 'ਚ ਤਾਂ ਇਹ ਆਇਆ ਵੀ ਬਿਲਕੁਲ ਫੁੱਲ ਹਾਲ ਆ ਸਾਰੀ ਇਹ। ਅੱਛਾ ਜੀ, ਇਹ ਤੈਨੂੰ ਵੀ ਅਸ ਤੱਕ ਖੇਤਾਂ ਦੇ ਗੁਆਂਢੀਆਂ ਦੇ ਖੇਤਾਂ ਵਾਲੇ ਆ। ਤੁਸੀਂ ਰੋਜ਼ ਦੇਖਦੇ ਹੋ ਇੱਥੇ ਇਹੀ ਕੰਮ ਹੁੰਦਾ? ਹੈ ਜੀ, ਰੋਜ਼ ਹੀ ਦੇਖਦੇ ਹੋ ਇਹ ਕੰਮ ਹੁੰਦਾ ਇੱਥੇ? ਬਿਲਕੁਲ ਰੋਜ਼ ਇਹੀ ਚੀਜ਼ ਹੋ ਰਿਹਾ ਜੀ, ਤਾਂ ਹਰ ਟਾਈਮ ਫੁੱਲੇ ਰਹਿੰਦੇ ਨੇ। ਪਹਿਲਾਂ ਨਹੀਂ ਕਦੇ ਪੁਲਿਸ ਨੇ ਰੇਡ ਕੀਤੀ ਜਾ ਰਹੀ? ਅਸੀਂ ਕੋਈ ਰੇਡ ਨਹੀਂ ਦੇਖੀ, ਊਂ ਵੈਸੇ ਅਸੀਂ ਆਉਂਦੇ ਜਾਂਦੇ ਦੇਖਦੇ ਰਹੇ ਹਾਂ, ਪੁਲਿਸ ਵਾਲੇ ਚਾਹ ਪਾਣੀ ਤਾਂ ਅਸੀਂ ਪੀਂਦੀ ਨੇ ਖੜ੍ਹਦੇ। ਹਾਈਵੇ ਪੈਟਰੋਲ ਚੱਲ ਰਹੀ ਹੈ ਜਿਹੜੀ ਸੜਕ ਦੇ ਨਾਕੇ ਬਣਦੀ ਹੈ, ਉਹ ਵੀ ਉਹਦੇ ਖੜ੍ਹਦੇ, ਨਾਕੇ ਵਾਲੇ ਵੀ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਪੁਲਿਸ ਮਿਲੀ ਹੋਈ ਹੈ ਜੀ? ਹਾਂ ਮਿਲੀ ਹੋਈ, ਇਹ ਉਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੋ ਸਕਦਾ। ਪੁੱਤਰ ਕਿਰਪਾਲ ਸਿੰਘ, ਵਾਸੀ ਪਿੰਡ ਸੁਜੂਮਾ, ਨੰਬਰਦਾਰ। ਮੈਂ ਇੱਥੇ ਜਿਹੜਾ ਮਾਮਲਾ ਹੋਇਆ, ਕੀ ਕਹਿਣਾ ਚਾਹੁੰਦੇ? ਮੈਂ ਇਹਦੇ ਸੰਬੰਧ 'ਚ ਇਹ ਕਹਿਣਾ ਚਾਹੁੰਦਾ ਵੀ ਇਹਨੂੰ ਸਵੇਰੇ ਜਿੰਦਾ ਲੱਗਣਾ ਚਾਹੀਦਾ। ਕਿੰਨੇ ਕੁ ਸਮੇਂ ਦਾ ਇਹ ਕੰਮ ਚੱਲਦਾ, ਕਿੰਨੇ ਕੁ ਇੱਥੇ ਮੁੰਡੇ ਕੁੜੀ? ਇਹ ਜਿੱਦੇ ਦੀ ਬਿਲਡਿੰਗ ਸਟਾਰਟ ਹੈ ਗਈ, ਅਜੇ ਅਧੂਰੀ ਪਈ ਤੀ, ਉਦੋਂ ਹੀ ਕੰਮ ਸਟਾਰਟ ਹੋ ਗਿਆ ਸੀਗਾ ਇਹਨਾਂ ਦਾ। ਇਹਨਾਂ ਦਾ ਇੱਕ ਨਹੀਂ, ਕਈ ਥਾਵੇਂ ਦੱਸਦੇ ਨੇਗੇ ਵੀ ਜਿਹੜੇ ਇਹਨਾਂ ਦੇ ਇਹ ਖੋਲ੍ਹੇ ਹੋਏ ਨੇਗੇ। ਕੀ ਇੱਥੇ ਪਹਿਲਾਂ ਵੀ ਕਦੇ ਪੁਲਿਸ ਨੇ ਰੇਡ ਕੀਤੀ ਹੈ? ਪੁਲਿਸ ਕਰਦੀ ਆ ਕਾਰਜਕਾਰੀ ਆਪਦੀ ਪੂਰੀ ਕਰਕੇ ਚਲੀ ਜਾਂਦੀ ਆ। ਕੀ ਲੱਗਦਾ ਅੱਜ ਪੁਲਿਸ ਨੇ ਰੇਡ ਕੀਤੀ, ਇੱਥੇ ਕੋਈ ਕਾਰਵਾਈ ਹੋਊਗੀ ਜਾਂ ਇਸੇ ਤਰ੍ਹਾਂ ਛੱਡਿਆ ਜਾਊਗਾ ਇਹਨਾਂ? ਇਹਦੇ ਵਿੱਚ ਹੋਣਾ ਕੁਛ ਨਹੀਂ। ਕਿਉਂ ਨਹੀਂ ਹੋਣਾ ਜੀ ਕੁਛ? ਕੱਲ੍ਹ ਨੂੰ ਜ਼ਮਾਨਤ ਕਰਾ ਕੇ ਬਾਹਰ ਆ ਜਾਣਗੇ, ਉਹਦੇ ਵਿੱਚ ਇਹਨਾਂ 'ਤੇ ਐਕਸ਼ਨ ਕੀ ਆਊਗਾ? ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਵੀ ਇਹ ਇੱਥੋਂ ਬੰਦ ਹੋਣਾ ਚਾਹੀਦਾ, ਸਾਡੇ ਇਲਾਕੇ 'ਚ ਗੰਦ ਨਹੀਂ ਅਸੀਂ ਪੈਣ ਦਿੰਦੇ। ਅਸੀਂ ਇਮਬਾਲ ਟ੍ਰੈਫਿਕ ਗੇਟ ਦਾ ਪਰਚਾ ਦਿੱਤਾ, ਜਿਹੜਾ ਬੰਦਾ ਇਹ ਇਸ ਸਿਸਟਮ ਲਈ ਆਪਣਾ ਕਿਰਾਏ ਕਿਰਾਏ 'ਤੇ ਦਿੰਦਾ ਹੋਟਲ, ਜਿਹੜੇ ਵੀ ਬੰਦਿਆਂ ਨੂੰ ਜਵਾਕਾਂ ਨੂੰ ਖਰਾਬ ਕਰਦਾ ਉਹਦੇ 'ਤੇ ਅਸੀਂ ਪਰਚਾ ਦਿੱਤਾ 3/4 ਇਮਬਾਲ ਐਕਟ ਦਾ। ਇਹਦੇ 'ਚ ਅਸੀਂ ਹੁਣ ਵੈਰੀਫਾਈ ਕਰਨੇ ਨੇ ਵੀ ਕਿੰਨੇ ਮੰਗੇਤਰ ਨੇ ਅਤੇ ਕਿੰਨੇ ਦੂਜੇ ਪ੍ਰੇਮੀ ਜੁੜੇ ਜਾਂ ਦੂਜੇ ਜਿਹੜੇ ਕੋਈ ਪੈਸੇ ਲੈ ਕੇ ਕਰਨ ਵਾਲੇ ਨੇ। ਇਹ ਤਿੰਨੋਂ ਚੀਜ਼ਾਂ ਡਿਫਰੈਂਟ ਨੇ, ਇਹ ਡਿਫਰੈਂਟ ਚੀਜ਼ਾਂ ਨੂੰ ਵੈਰੀਫਾਈ ਕਰਨ ਨੂੰ ਟਾਈਮ ਲੱਗੂਗਾ।
ਉਹ ਅਸੀਂ ਵੈਰੀਫਾਈ ਕਰਕੇ ਹੀ ਤੁਹਾਨੂੰ ਦੱਸਾਂਗੇ ਵੀ ਕਿੰਨੇ ਉਹ ਨੇ ਅਤੇ ਕਿੰਨੇ ਦੂਜੇ ਨੇ। ਉਹਨੇ ਸਾਡੇ ਕੋਲ ਜਿਹੜੇ ਲੜਕੇ ਹੈਗੇ ਨੇ ਉਹ ਅਠਾਰਾਂ ਲੜਕੇ ਨੇ ਸਾਡੇ ਕੋਲ ਲੜਕੀਆਂ, ਅਸੀਂ ਤੁਹਾਨੂੰ ਵੈਰੀਫਾਈ ਕਰਕੇ ਦੱਸਾਂਗੇ। ਉਹਦੇ ਬਾਰੇ ਅਸੀਂ ਕੁਛ ਨਹੀਂ ਹਾਲੇ ਦੱਸ ਸਕਦੇ ਵੀ ਕਿਹੜੇ, ਅਸੀਂ ਕਹਿ ਦਈਏ ਕੋਈ ਇੰਨੀਆਂ ਨੇ ਤੁਸੀਂ ਕੱਲ੍ਹ ਨੂੰ ਲਾ ਦਿਓ ਤਾਂ ਮੁੜ ਕੇ ਹੋ ਜਾਏਗਾ। ਅਸੀਂ ਕੋਈ ਵੀ ਵੈਰੀਫਾਈ ਕਰੇ ਤੋਂ ਬਿਨਾਂ ਕੁਛ ਨਹੀਂ ਦੱਸਾਂਗੇ ਜੀ ਵੀ ਕੌਣ ਕਿਹੜੇ ਕਿਹੜਾ ਕਿਸ ਸਿਸਟਮ ਨਾਲ ਸੀ, ਕਿਹੜਾ ਕਿਸ ਸਿਸਟਮ ਨੇ। SSP ਸਾਹਿਬ ਮੋਨੀਟਰ ਕਰ ਰਹੇ ਨੇ ਇਸ ਨੂੰ, ਇਕੱਲੀ ਇਕੱਲੀ ਗੱਲ ਨੂੰ SSP ਸਾਹਿਬ ਮੋਨੀਟਰ ਕਰਕੇ ਸਾਰੀ ਸਟੇਟਮੈਂਟ ਦੇਣਗੇ। ਮੈਂ ਸਾਰਾ ਕੁਛ 101% ਰੇਡ ਵੀ ਉਹਨਾਂ ਦੀ ਹੋਈ ਹੈ। ਥੈਂਕ ਯੂ। ਠੀਕ ਹੈ ਜੀ, SSP ਸਾਹਿਬ ਮੋਨੀਟਰਿੰਗ ਕਰਕੇ ਸਾਰੀ ਆਪ ਮੋਨੀਟਰਿੰਗ ਕਰ ਰਹੇ ਨੇ ਸਾਰੇ ਕੇਸ ਦੀ। ਮੈਡਮ DSP ਬਿੰਦੂ ਵਾਲਾ ਇਹਨੂੰ ਹੈਂਡਲ ਕਰ ਰਹੇ ਨੇ, ਲੇਡੀ DSP ਬਿੰਦੂ ਵਾਲਾ ਇਹਨੂੰ ਹੈਂਡਲ ਕਰ ਰਹੇ ਨੇ, ਅਸੀਂ ਉਹਨਾਂ ਨੂੰ ਸਪੋਰਟਿੰਗ ਕਰ ਰਹੇ ਹਾਂ। ਸਰ ਤਕਰੀਬਨ 12 ਵਜੇ ਦਾ ਮਾਮਲਾ, ਇੰਨਾ ਸਮਾਂ ਕਿਸ ਕਾਰਨ ਕਰਕੇ ਲੋਕ? ਸ਼੍ਰੀਮਾਨ ਜੀ, ਅੰਦਰ ਟਾਈਪ ਕਰਨਾ ਪੈਂਦਾ, ਇਕੱਲੇ ਇਕੱਲੇ ਦਾ ਨਾਂ ਲਿਖਣਾ ਪੈਂਦਾ, ਪਰਚਾ ਦੇਣਾ ਪੈਂਦਾ, ਪਰਚਾ ਦਿੱਤਾ ਹੈ। ਪਰਚਾ ਦੇਣ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਿਹਾ 160 ਨੰਬਰ ਇਮੋਰਲ ਟ੍ਰੈਫਿਕ ਦੀ FIR ਹੈ। 160 ਨੰਬਰ 3.4 ਸੈਕਸ਼ਨ ਇਮੋਰਲ ਟ੍ਰੈਫਿਕ ਐਕਟ। ਹਾਂਜੀ, ਨਹੀਂ ਜੀ ਇਹ ਲਾਈਵ ਨਹੀਂ ਹੁੰਦੀ ਆ, ਗਲਤ ਗੱਲ ਹੈ। ਮੀਡੀਆ ਲਾਈਵ ਕਰ ਹੀ ਨਹੀਂ ਸਕਦਾ, ਇਸ ਨੂੰ ਕਾਨੂੰਨੀ ਤੌਰ ਤੇ ਨਹੀਂ ਕਰ ਸਕਦਾ। ਹਾਂਜੀ 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 ਹਾਂਜੀ। ਮੈਡਮ ਨੇਹਾ ਸ਼ਰਮਾ, ਹਰ ਸਮੱਸਿਆ ਦਾ ਸਮਾਧਾਨ 2 ਘੰਟਿਆਂ 'ਚ ਘਰ ਬੈਠੇ ਕਰਵਾਓ। ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਲਾਟਰੀ ਨੰਬਰ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਿਆ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗਾਂ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਮੈਡਮ ਨੇਹਾ ਸ਼ਰਮਾ, ਅੱਜ ਹੀ ਫੋਨ ਕਰੋ 9815705366।